ਸ਼ਹੀਦੀ ਪਹਿਲ ਕਸ਼ਮੀਰਾ ਸਿੰਘ ਮੁਰਦਾਬਾਦ ਕਮੇਟੀ ਮੁਰਦਾਬਾਦ ਕੀ ਹੁਣੇ ਹੁਣੇ ਫਰਮਾਨ ਆਇਆ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਕਿ ਤੁਸੀਂ ਬੱਸਾਂ ਵਾਪਸ ਮੋੜ ਲਿਆਓ ਜੇ ਵਾਪਸ ਬੱਸਾਂ ਨਹੀਂ ਮੋੜਦੇ ਕੱਲ੍ਹ ਨੂੰ ਤੁਸੀਂ ਸਕੂਲ ਦੇ ਵਿੱਚ ਤੁਹਾਡੀਆਂ ਬੱਸਾਂ ਅਸੀਂ ਬੰਦ ਨਹੀਂ ਦੇਣੀਆਂ ਵੱਡਾ ਜੋਸ਼ ਹੈ ਅਸੀਂ ਕਹਿੰਦੇ ਪੈਦਲ ਹੀ ਚੱਲਾਂਗੇ ਜ਼ਿਲ੍ਹਾ ਫਤਿਹਗੜ੍ਹ ਪਿੰਡ ਹੁਸੈਨਪੁਰਾ ਤੋਂ ਕੋਟਕਪੁਰਾ ਰੋਸ ਮਾਰਚ ਚ ਪਹੁੰਚਣ ਲਈ ਸਿੱਖ ਸੰਗਤਾਂ ਨੇ ਮਾਤਾ ਗੁਜਰੀ ਕਾਲਜ ਦੀਆਂ 2 ਬੱਸਾਂ ਲਿਜਾਣ ਲਈ ਤਿਆਰ ਕੀਤੀਆਂ ਸਨ ਤੇ ਜਿਵੇਂ ਹੀ ਬੱਸਾਂ ਭਰ ਕੇ ਕੋਟਕਪੁਰਾ ਰੋਸ ਮਾਰਚ ਨੂੰ ਰਵਾਨਾ ਹੋਈਆਂ ਤਾਂ ਕਾਲਜ ਦੇ ਪ੍ਰਿੰਸੀਪਲ ਨੇ ਡਰਾਈਵਰ ਨੂੰ ਇਹ ਧਮਕੀ ਦੇ ਕੇ ਬੱਸਾਂ ਵਾਪਿਸ ਮੰਗਵਾ ਲਈਆਂ ਕਿ ਜੇਕਰ ਇਹ ਬੱਸਾਂ ਬਰਗਾਲੀ ਰੋਸ ਮਾਰਚ ਚ ਗਈਆਂ ਤਾਂ ਤੁਹਾਨੂੰ ਕਾਲਜ ਦੇ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਸਿੱਖਾਂ ਨੂੰ ਅੱਧ ਵਿਚਕਾਰ ਹੀ ਉਤਾਰ ਦਿੱਤਾ ਗਿਆ ਗੁੱਸੇ ਚ ਆਏ ਸਿੱਖਾਂ ਨੇ ਅਕਾਲੀ ਦਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਪੈਦਲ ਹੀ ਜਾਣ ਦਾ ਫੈਸਲਾ ਕੀਤਾ ਦੇਖੋ ਪੂਰੀ ਰਿਪੋਰਟ ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਸਿੱਖ ਸੰਗਤ ਅੱਜ ਸਮੁੱਚੇ ਪੰਜਾਬ ਦਾ ਪੰਥ ਬਰਗਾੜੀ ਚੱਲਿਆ ਕਿਉਂਕਿ ਸਾਡੇ ਦਿਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ ਉਹਦੀ ਪੀੜਾ ਅੱਜ ਸਾਰਾ ਪੰਜਾਬ ਅਸੀਂ ਦੇਖ ਰਹੇ ਹਾਂ ਬੱਸਾਂ ਦੇ ਵਿੱਚ ਪੂਰੀ ਜੋਸ਼ ਨਾਲ ਆਪਣੇ ਆਪਣੇ ਵਹੀਕਲਾਂ ਨਾਲ ਬਰਗਾੜੀ ਕੋਟਕਪੂਰੇ ਪਹੁੰਚ ਰਿਹਾ ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਆਹ ਸਾਡੀਆਂ 2 ਬੱਸਾਂ ਸਾਡੀ ਸੰਗਤ ਹੁਸੈਨਪੁਰਾ ਜੇਤੂਪੁਰ ਦੇ ਸੰਗਤ ਨੇ ਇਕੱਠੇ ਹੋ ਕੇ 2 ਬੱਸਾਂ ਅੱਜ ਇਹ ਮਾਤਾ ਗੁਜਰੀ ਕਾਲਜ ਦੀਆਂ ਲੈ ਕੇ ਆਏ ਸੀ ਕਿ ਅਸੀਂ ਜਿਹੜਾ ਰੋਸ ਮਾਰਚ ਹੈ ਪੰਥ ਜਥੇਬੰਦੀਆਂ ਵੱਲੋਂ ਦਿਆ ਗਿਆ ਉਹਦੇ ਵਿੱਚ ਅਸੀਂ ਸ਼ਮੂਲੀਅਤ ਕਰਨੀ ਹੈ ਕਿਉਂਕਿ ਸਾਡੇ ਦਿਲਾਂ ਵਿੱਚ ਬਹੁਤ ਰੋਸ਼ ਹੈ ਉਹ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਹੁਣੇ ਹੁਣੇ ਫਰਮਾਨ ਆਇਆ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਕਸ਼ਮੀਰਾ ਸਿੰਘ ਦਾ ਸਾਡੇ ਜਿਹੜੇ 2 ਡਰਾਈਵਰ ਭਰਾ ਨੇ ਕਿ ਤੁਸੀਂ ਬੱਸਾਂ ਵਾਪਸ ਮੋੜ ਲਿਆਓ ਜੇ ਵਾਪਸ ਬੱਸਾਂ ਨਹੀਂ ਮੋੜਦੇ ਕੱਲ੍ਹ ਨੂੰ ਤੁਸੀਂ ਸਕੂਲ ਦੇ ਵਿੱਚ ਤੁਹਾਡੀਆਂ ਬੱਸਾਂ ਅਸੀਂ ਬੰਦ ਨਹੀਂ ਦੇਣੀਆਂ ਇਹ ਤੋਂ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ ਕਿ ਮਾਤਾ ਗੁਜਰੀ ਕਾਲਜ ਔਰ ਜੋ ਧਾਰਮਿਕ ਸੰਸਥਾ ਉਹਦੀਆਂ ਬੱਸਾਂ ਹੋਣ ਅਤੇ ਜਿਹੜਾ ਪ੍ਰਿੰਸੀਪਲ ਹੈ ਇਹ ਗੱਲ ਕਹੇ ਕਿ ਬੱਸਾਂ ਵਾਪਸ ਲਿਆਓ ਨਹੀਂ ਤੁਹਾਨੂੰ ਕੱਲ੍ਹ ਨੂੰ ਸਕੂਲ ਦੇ ਵਿੱਚ ਤੁਹਾਨੂੰ ਡਰਾਈਵਰਾਂ ਦੀ ਛੁੱਟੀ ਔਰ ਤੁਸੀਂ ਤੁਹਾਡੀ ਹੱਥ ਤੋਂ ਛੁੱਟੀ ਕਰਦੇ ਹਾਂ ਅਸੀਂ ਬਾਘਾ ਪੁਰਾਣਾ ਦੇਖ ਸਕਦੇ ਹੋ ਬੈਂਕ ਸਾਹਮਣੇ ਆ ਬਾਘਾ ਪੁਰਾਣਾ ਖੜ੍ਹੇ ਆ ਇਹ ਬੱਸਾਂ ਵਾਪਸ ਜਾਣ ਲੱਗੀਆਂ ਨੇ ਔਰ ਸਤਗਤ ਇੰਨਾ ਵੱਡਾ ਜੋਸ਼ ਹੈ ਅਸੀਂ ਕਹਿੰਦੇ ਪੈਦਲ ਹੀ ਚੱਲਾਂਗੇ ਕਿਉਂ ਜੀ ਸੰਗਤ ਜੀ ਸਾਨੂੰ ਵਾਹਕਲ ਨਾ ਮਿਲਿਆ ਤਾਂ ਪੈਦਲ ਮਾਰਚ ਦੇ ਚੱਲਾਂਗੇ ਬਿਊਰੋ ਰਿਪੋਰਟ ਚੈਨਲ ਪੰਜਾਬ